ਸਲੋਕ ਮਹਿਲਾ ਤੀਜਾ ਗੌੜੀ ਰਾਗ ਸੁਲੱਖਣੀ ਜੈ ਖਸਮੈ ਚਿਤ ਕਰਈ ਬਾਣੇ ਚੱਲੇ ਸਤਿਗੁਰ ਕੇ ਐਸਾ ਸਿੰਗਾਰ ਕਰਈ ਸੱਚਾ ਸ਼ਬਦ ਭਤਾਰ ਹੈ ਸਦਾ ਸਦਾ ਰਾਵੇਈ ਜੂ ਉਬਲੀ ਮਜੀ ਠੇ ਰੰਗ ਗਹਿ ਗਹਾ ਤਿਉ ਸੱਚੇ ਨੋ ਜਿਉ ਦੇਈ ਰੰਗ ਚਲੂਲੇ ਅਤ ਰਤੀ ਸੱਚੇ ਸਿਉ ਲੱਗਾ ਨਿਹ ਕੂੜ ਠਗੀ ਗੁੱਛੀ ਨਾ ਰਹੇ ਕੂੜ ਮੁਲੰਮਾ ਪਲੇਟ ਧਰੇ ਕੂੜੀ ਕਰਨ ਬੜਿਆਈਆਂ ਕੂੜੇ ਸਿਉ ਲੱਗਾ ਨਿਹ ਨਾਨਕ ਸੱਚਾ ਆਪ ਹੈ ਆਪੇ ਨਦਰ ਕਰਈ ਗੌੜੀ ਰਾਗਣੀ ਤੋ ਵਹੀ ਸੁਲੱਖਣਾ ਹੈ ਯਦੀ ਵਹਿ ਮਾਲਿਕ ਪ੍ਰਭੂ ਕੋ ਚਿਤ ਮੈਂ ਬਸਾ ਲੇ ਵਹਿ ਸਤ ਗੁਰੂ ਕੀ ਇੱਛਾ ਅਨੁਸਾਰ ਚਲੇ ਐਸਾ ਹਰ ਸ਼ੰਗਾਰ ਉਸਕੇ ਲੀਏ ਕਰਨਾ ਉਚਿਤ ਹੈ ਸੱਚਾ ਸ਼ਬਦ ਪ੍ਰਾਣੀ ਕਾ ਕੰਤ ਪਤੀ ਹੈ ਹਮੇਸ਼ਾ ਉਸੇ ਉਸੀ ਕਾ ਆਨੰਦ ਲੈਣਾ ਚਾਹੀਏ ਜੈਸੇ ਮਜੀਠ ਉਬਾਲ ਸਹਿਨ ਕਰਤੀ ਹੈ ਏਵਮ ਉਸਕਾ ਰੰਗ ਗਹਿਰਾ ਲਾਲ ਹੋ ਜਾਤਾ ਹੈ ਵੈਸੇ ਹੀ ਜੀਵ ਰੂਪੀ ਇਸਤਰੀ ਆਪਣੀ ਆਤਮਾ ਕੰਤ ਪਤੀ ਪਰ ਨਿਉਛਾਵਰ ਕਰੇ ਤੋ ਉਸਕਾ ਸਤਯ ਸਵਰੂਪ ਪਰਮਾਤਮਾ ਕੇ ਸਾਥ ਪ੍ਰੇਮ ਹੋ ਜਾਤਾ ਹੈ ਵਹਿ ਨਾਮ ਕੇ ਗਹਿਰੇ ਰੰਗ ਮੈਂ ਰੰਗ ਜਾਤੀ ਹੈ ਮਿਥਿਆ ਰੂਪੀ ਮੁਲਮਾ ਨਿਸੰਦੇਹ ਸਤਯ ਕੇ ਸਾਥ ਲਪੇਟ ਕਰ ਰੱਖੋ ਫਿਰ ਵੀ ਜੋ ਝੂਠ ਏਵਮ ਠਗੀ ਹੈ ਵੇ ਛਿਪੇ ਨਹੀਂ ਰਹਿ ਸਕਤੇ ਜਿਨਕਾ ਝੂਠ ਸੇ ਪ੍ਰੇਮ ਹੋਤਾ ਹੈ ਵਹਿ ਦੁਨੀਆ ਕੀ ਝੂਠੀ ਹੀ ਪ੍ਰਸ਼ੰਸਾ ਕਰਤੇ ਹੈ ਹੇ ਨਾਨਕ ਈਸ਼ਵਰ ਹੀ ਸਤਯ ਹੈ ਔਰ ਵਹਿ ਸਤਯ ਹੀ ਆਪਣੀ ਕਿਰਪਾ ਕੀ ਦ੍ਰਿਸ਼ਟੀ ਕਰਤਾ ਹੈ ਮਹਿਲਾ ਚਾਰ ਸਤ ਸੰਗਤ ਮਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਈ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰਹ ਪ੍ਰਉਪਕਾਰੀਆਂ ਹਰ ਨਾਮ ਦ੍ਰਿੜਾਵੈ ਹਰ ਨਾਮ ਸੁਣਾਵਹਿ ਹਰ ਨਾਮੇ ਜਗ ਨਿਸਤਾਰੀਆਂ ਗੁਰ ਵੇਖਣ ਕਉ ਸਭ ਕੋਈ ਲੋਚੇ ਨਵ ਖੰਡ ਜਗਤ ਨਮਸਕਾਰੀਆਂ ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰੀਆਂ ਤੂੰ ਆਪੇ ਪੂਜੈ ਪੂਜ ਕਰਾਵਹਿ ਸਤਿਗੁਰ ਕਉ ਸਰਜਣ ਹਾਰੀਆਂ ਕੋਈ ਵਿਛੁੜ ਜਾਈ ਸਤਿਗੁਰ ਪਾਸਹਿ ਤਿਸ ਕਾਲਾ ਮੂੰਹ ਜਮ ਮਾਰੀਆਂ ਤਿਸ ਅੱਗੇ ਪਿੱਛੇ ਢੋਈ ਨਾਹੀਂ ਗੁਰ ਸਿੱਖਾਂ ਮਨ ਵਿਚਾਰੀਆਂ ਸਤਿਗੁਰੂ ਨੂੰ ਮਿਲੇ ਸਹੀ ਜਨ ਉਬਰੇ ਜਿਨ ਹਿਰਦੇ ਨਾਮ ਸਮਾਰੀਆਂ ਜਨ ਨਾਨਕ ਕੇ ਗੁਰਮੁਖ ਪੁੱਤ ਹੈ ਹਰ ਜਪਿਐ ਹਰ ਨਿਸਤਾਰੀਆਂ ਸਤਸੰਗ ਮੈਂ ਪ੍ਰਭੂ ਕੀ ਗੁਣ ਸਤੁਤੀ ਹੋਤੀ ਹੈ ਕਿਉਂਕਿ ਸੰਤੋਂ ਕੀ ਸੰਗਤੀ ਕਰਨੇ ਸੇ ਹੀ ਪ੍ਰਿਯਤਮ ਮਿਲਤਾ ਹੈ ਵੇ ਪੁਰਸ਼ ਪ੍ਰਾਣੀ ਭਾਗਯਵਾਨ ਹੈ ਕਿਉਂਕਿ ਵੇ ਪਰੋਪਕਾਰ ਹੇਤੂ ਉਪਦੇਸ਼ ਕਰਤੇ ਹੈ ਈਸ਼ਵਰ ਕੇ ਨਾਮ ਮੈਂ ਆਸਥਾ ਰੱਖਤੇ ਹੈ ਈਸ਼ਵਰ ਕਾ ਨਾਮ ਹੀ ਸੁਣਾਤੇ ਹੈ ਔਰ ਈਸ਼ਵਰ ਕੇ ਨਾਮ ਕੇ ਦੁਆਰਾ ਹੀ ਸੰਸਾਰ ਕਾ ਕਲਿਆਣ ਕਰਤੇ ਹੈ ਹਰੇਕ ਜੀਵ ਗੁਰੂ ਕੇ ਦਰਸ਼ਨੋਂ ਕੀ ਅਭਿਲਾਸ਼ਾ ਕਰਤਾ ਹੈ ਔਰ ਸੰਸਾਰ ਮੈਂ ਨਵ ਖੰਡ ਕੇ ਜੀਵ ਸਤਿਗੁਰੂ ਕੇ ਸਮਕਸ ਪ੍ਰਣਾਮ ਕਰਤੇ ਹੈ ਹੇ ਭਗਵਾਨ ਤੂਨੇ ਆਪਣਾ ਆਪ ਸਤਿਗੁਰੂ ਮੈਂ ਛਿਪਾ ਰੱਖਾ ਹੈ ਔਰ ਤੂਨੇ ਸਵਯਮ ਹੀ ਗੁਰੂ ਕੋ ਸੁੰਦਰ ਬਣਾਇਆ ਹੈ ਹੇ ਸਤਿਗੁਰੂ ਕੋ ਪੈਦਾ ਕਰਨੇ ਵਾਲੇ ਪਰਮਾਤਮਾ ਤੁਮ ਸਵਯਮ ਸਤਿਗੁਰੂ ਕੀ ਪੂਜਾ ਕਰਤੇ ਹੋ ਔਰ ਦੂਸਰੋ ਸੇ ਉਨਕੀ ਪੂਜਾ ਕਰਵਾਤੇ ਹੋ ਯਦੀ ਕੋਈ ਮਨੁਸ਼ ਸਤਿਗੁਰੂ ਸੇ ਬਿਛੁੜ ਜਾਏ ਉਸਕਾ ਮੂੰਹ ਕਾਲਾ ਹੋਤਾ ਹੈ ਔਰ ਯਮਰਾਜ ਸੇ ਉਸੇ ਬੜੀ ਮਾਰ ਪੜਤੀ ਹੈ ਗੁਰੂ ਕੇ ਸਿੱਖੋ ਨੇ ਆਪਣੇ ਹਿਰਦੇ ਮੈਂ ਵਿਚਾਰ ਕਰ ਲਿਆ ਹੈ ਕਿ ਉਸੇ ਲੋਕ ਪਰਲੋਕ ਮੈਂ ਸਹਾਰਾ ਨਹੀਂ ਮਿਲਤਾ ਹੈ ਜੋ ਮਨੁਸ਼ ਸਤਿਗੁਰੂ ਸੇ ਜਾ ਕਰ ਮਿਲਤੇ ਹੈ ਔਰ ਆਪਣੇ ਹਿਰਦੇ ਮੈਂ ਨਾਮ ਕਾ ਚਿੰਤਨ ਕਰਤੇ ਹੈ ਵੇ ਭਵ ਸਾਗਰ ਸੇ ਪਾਰ ਹੋ ਜਾਤੇ ਹੈ ਨਾਨਕ ਕੇ ਗੁਰਸਿੱਖ ਪੁੱਤਰੋ ਈਸ਼ਵਰ ਕਾ ਨਾਮ ਜਪੋ ਕਿਉਂਕਿ ਈਸ਼ਵਰ ਭਵ ਸਾਗਰ ਸੇ ਪਾਰ ਕਰਵਾ ਦੇਤਾ ਹੈ ਮਹਿਲਾ ਤੀਜਾ ਹਉਮੈ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ ਸਤਿਗੁਰ ਮਿਲੇ ਤਾਂ ਨਦਰ ਹੋਈ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੋ ਸ਼ਬਦ ਲਾਏ ਪਿਆਰ ਅਹੰਕਾਰ ਨੇ ਸਾਰੀ ਦੁਨੀਆ ਕੋ ਭਟਕਾਇਆ ਹੁਆ ਹੈ ਇਸ ਲਈ ਦੁਨੀਆ ਦੁਰਮਤੀ ਕੇ ਕਾਰਨ ਵਿਸ਼ੇ ਵਿਕਾਰੋ ਮੈਂ ਫਸਤੀ ਹੈ ਜਿਸ ਮਨੁਸ਼ਯ ਕੋ ਗੁਰੂ ਮਿਲਤਾ ਹੈ
उस पर भगवान जी की कृपा दृष्टि होती है, अन्यथा स्वेच्छाचारी मनुष्य के लिए अज्ञान रूपी अंधेरा ही बना रहता है। हे नानक, प्रभु जिस मनुष्य का प्रेम शब्द में लगाता है, उसे वह स्वयं ही अपने साथ मिला लेता है। पौड़ी, सच सच्चे की सिफ्त सलाह है, सो करे जिस अंदर भिजे, जिन्ने एक मन एक आराध्या, तिन का कद्ध न कबहु छीजे, धन धन पुरख साबास है, जिन सच रसना अमृत पीजे, सच सच्चा जिन मन भावदा, से मन सच्ची दरगह लीजे, धन धन जन्म सच्चियारिया, मुख उज्जल सच करीजे, सत्य स्वरूप प्रभु की गुण स्तुति सदैव स्थिर रहने वाली है। यह गुण स्तुति वही मनुष्य कर सकता है जिसका हृदय भी प्रशंसा में भीगा हुआ हो। जो मनुष्य एकाग्रचित होकर एक ईश्वर का स्मरण करते हैं, उनका शरीर कभी शीर्ण नहीं होता, वह पुरुष धन्य धन्य एवं उपमा योग्य है, जिनकी रसना सत्य नाम के अमृत को चखती है, जिनके हृदय में सत्य स्वरूप परमात्मा सचमुच प्रिय लगता है, वे सत्य के दरबार में सम्मानित होते हैं। सत्यवादियों का जन्म धन्य है, जिनके चेहरे को सत्य उज्जवल कर देता है। श्लोक महला चार, साकत जाय निबह गुर अग्गे, मन खोटे कूड़ कुड़ियारे, जा गुर कहे उठ है मेरे भाई, वह जह गुसर बगुलारे, गुर सिखा अंदर सत गुर बरते, चुन कड्डे लधो वारे, ओई अग्गे पीछे वह मुँह छपान, ना रलनी खोटियारे, ओ ना दा भख से उथे नाही जाई, कूड़ लह भेंडारे, जय साकत नर खावे, लोचिये बिख कड्डे मुख उगलारे, हर साकत सेती संग ना करिया है, ओई मारे सरजन हारे, जिसका एह खेल सोई कर वेखे, जन नानक नाम समारे। यदि शाक्त इंसान गुरु के समक्ष जाकर झुक भी जाए, तो भी वह मन में खोटे होने के कारण झूठ का व्यापारी बना रहता है। जब गुरु जी कहते हैं, हे मेरे भाइयों, सावधान हो जाओ, फिर यह शाक्त भी बंगलों के समान मिलकर बैठ जाते हैं। गुरु सिखों के मन में सतगुरु बसता है, इसलिए सिखों में मिलकर बैठे हुए भी शाक्त जांच पड़ताल के समय चुनकर निकाल दिए जाते हैं। वे आगे पीछे होकर मुंह तो बहुत छिपाते हैं, लेकिन झूठ के व्यापारी सत्संगत में मिल नहीं सकते। शाक्त लोगों का भोजन वहां गुरुमुखों के साथ में नहीं होता, इसलिए भेड़ों के समान किसी अन्य स्थान पर जाकर झूठ को प्राप्त करते हैं। यदि शाक्त मनुष्य को नाम रूपी भला पदार्थ खिलाने की इच्छा भी करें, तो भी वह मुंह से निंदा रूपी विष ही उगल कर निकालता है। हे संत जनों, शाक्त के साथ संगति मत करो, क्योंकि जगत के रचयिता ने स्वयं उन्हें मृत कर दिया है। जिस ईश्वर का यह खेल है, वह स्वयं इस खेल को रच कर देख रहा है। हे नानक, तुम ईश्वर का नाम स्मरण करते रहो। महला चौथा, सतगुर पुरख अगम है, जिस अंदर हर उर्धारिया, सतगुर नो अपड़ कोई ना सक, जिस बल सर्जन हारिया, सतगुर का खड़ंग संजोउ, हर भक्त है जित काल कंटक मार विडारिया, सतगुर का राखण हारा हर आप है, सतगुरु के पीछे हर सब उबारिया, जो मंदा चितवे पूरे सतगुरु का, सो आप उपावन हारे मारिया, एह गल होवे हर दरगह, सच्चे की जन नानक अगम विचारिया, महापुरुष सतगुरु अगम्य है, जिसने अपने हृदय में भगवान को धारण किया हुआ है, सतगुरु की समानता कोई नहीं कर सकता, क्योंकि परमात्मा उसके पक्ष में है।
भगवान जी की भक्ति ही सतगुरु का खड़ंग और बख्तर है, जिससे उसने काल रूपी कंटक को मारकर दूर फेंक दिया है। ईश्वर स्वयं सतगुरु का रखवाला है, जो सतगुरु के पद चिन्हों पर चलते हैं, प्रभु उन सब को ही आप बचा लेता है। जो मनुष्य पूर्ण सतगुरु का बुरा सोचता है, उसे पैदा करने वाला प्रभु स्वयं ही नष्ट कर देता है। यह न्याय भगवान जी के दरबार में होता है। हे नानक, अगम्य हरि का सिमरण करने से यह सूझ पैदा होती है।